ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕਿਸ਼ਨ ਸਿੰਘ ਰੋੜੀ ਨੇ ਬਟਾਲਾ ਵਿਖੇ ਪਹੁੰਚ ਕੇ MLA ਸ਼ੈਰੀ ਕਲਸੀ ਨਾਲ ਦੁੱਖ ਸਾਂਝਾ ਕੀਤਾ। ਪਿਛਲੇ ਦਿਨੀ ਹੋਈ ਦੁਰਘਟਨਾ 'ਚ MLA ਸ਼ੈਰੀ ਕਲਸੀ ਦੇ PA ਸਮੇਤ 3 ਸਾਥੀਆਂ ਦੀ ਮੌਤ ਹੋਈ ਸੀ। ਡਿਪਟੀ ਸਪੀਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਅਤੇ ਗੈਂਗਸਟਰਾਂ ਦੇ ਖਿਲਾਫ ਸਖਤ ਕਦਮ ਚੁੱਕ ਰਹੀ ਹੈ ਅਤੇ ਨਾਲ ਹੀ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਇਤ ਦੀ ਗੱਲ ਵੀ ਕੀਤੀ। ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਹਾਂ ਅਤੇ ਸਭ ਦੀ ਸਾਂਝੀ ਗੱਲ ਕਰਾਂਗਾ, ਅਤੇ ਕਿਹਾ ਕਿ ਜੋ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਬੰਦੀ ਸਿੰਘਾਂ ਨੂੰ ਭਾਰਤੀ ਸੰਵਿਧਾਨ ਮੁਤਾਬਕ ਰਿਹਾਈ ਮਿਲਣੀ ਚਾਹੀਦੀ ਹੈ। ਆਓ ਸੁਣਾ ਦਿੰਦੇ ਹਾਂ ਹੋਰ ਕੀ ਕੁਝ ਕਿਹਾ ਡਿਪਟੀ ਸਪੀਕਰ ਨੇ। ਮੇਰੇ ਬਹੁਤ ਪੁਰਾਣੇ ਅਤੇ ਮੇਰੇ ਗੂੜੇ ਮਿੱਤਰ ਨੇ ਸ਼ੈਰੀ ਕਲਸੀ ਜੀ, ਮੇਰੇ ਪਰਿਵਾਰ ਦੇ ਮੈਂਬਰ ਨੇ, ਔਰ ਪਿਛਲੇ ਦਿਨੀ ਜਿਹੜਾ ਬੜਾ ਇੱਕ ਦਰਦਨਾਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਸਾਡੇ 3 ਜਾਨਾਂ ਜਿਹੜੀਆਂ ਗਈਆਂ, ਸਾਡੇ ਨੌਜਵਾਨ ਸਾਥੀ ਸੀਗੇ, ਔਰ ਅੱਜ ਮੈਂ ਪਰਿਵਾਰ ਦੇ ਨਾਲ ਔਰ ਖਾਸ ਕਰਕੇ MLA ਸਾਹਿਬ ਦੇ ਨਾਲ ਜਿਹੜਾ ਉਸ ਅਫਸੋਸ ਜਿਹੜਾ ਉਹ ਜ਼ਾਹਰ ਕਰਨਾ ਹੈ। ਮੈਂ ਮਾਨ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਹਦੇ ਉੱਤੇ ਜਿਹੜਾ ਸਖਤ ਕਦਮ ਜਿਹੜੇ ਚੁੱਕੇ ਆ ਨਸ਼ੇ ਦੇ ਖਿਲਾਫ਼ ਔਰ ਜਿਹੜੇ ਹੈ ਗੈਂਗਸਟਰਾਂ ਦੇ ਖਿਲਾਫ਼, ਔਰ ਪੰਜਾਬ ਦੇ ਜਿਹੜੇ DGP ਨੇ ਉਹਨਾਂ ਦੇ ਜਿਹੜੇ ਕੰਮ ਦੀ ਮੈਂ ਸ਼ਲਾਘਾ ਵੀ ਕਰਨਾ ਚਾਹਾਂਗਾ, ਕਿਉਂਕਿ ਉਹਨਾਂ ਨੇ ਆਉਂਦੇ ਸਾਰ ਬਿਆਨ ਦਿੱਤਾ ਸੀ ਕਿ ਮੈਂ ਪੰਜਾਬ ਦੇ ਵਿੱਚੋਂ ਨਸ਼ਾ ਅਤੇ ਗੈਂਗਸਟਰ ਜਿਹੜਾ ਆ ਉਹ ਖਤਮ ਕਰ ਦਿਆਂਗੇ, ਔਰ ਉਹ ਆਪ ਗਰਾਊਂਡ ਲੈਵਲ 'ਤੇ ਉਤਰੇ ਆ। ਉਹਨਾਂ ਨੇ ਭਾਵੇਂ ਖਰੜ ਹੈ ਭਾਵੇਂ ਕਿਤੇ ਹੋਰ ਹੈ, ਆਪ ਵੀ ਉਹ ਗਏ ਨੇ, ਔਰ ਉਹਦੇ ਨਾਲ ਪੂਰੇ ਪੰਜਾਬ ਦੀ ਜਿਹੜੀ ਪੁਲਿਸ ਹੈ ਉਹਨਾਂ ਨੂੰ ਉਹਨਾਂ ਨੇ ਹਦਾਇਤ ਵੀ ਦਿੱਤੀ ਔਰ ਮਸਤੈਦ ਵੀ ਕੀਤੀ ਹੈ ਸਾਰੇ, ਕਿ ਜਿੱਦਣ ਤੋਂ ਮੈਂ ਸਮਝਦਾ ਕਿ DGP ਸਾਹਿਬ ਨੇ ਕਮਾਨ ਸੰਭਾਲੀ ਔਰ ਭਗਵੰਤ ਮਾਨ ਜੀ ਨੇ ਪੰਜਾਬ ਦੀ ਕਮਾਨ ਸੰਭਾਲੀ ਹੈ, ਉਹ ਤੋਂ ਬਹੁਤ ਵੱਡੀ ਜਿਹੜੀ ਹੈ ਮੈਂ ਸਮਝਦਾ ਕਿ ਪ੍ਰਾਪਤੀ ਹੋ ਰਹੀ ਹੈ, ਜਿਹਦੇ ਵਿੱਚ ਨਸ਼ੇ ਨੂੰ ਰੋਕਥਾਮ ਲਈ ਔਰ ਗੈਂਗਸਟਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕਿਸੇ ਪਾਰਟੀ ਵੱਲੋਂ ਨਹੀਂ ਗੱਲ ਕਰ ਸਕਦਾ ਕਿਉਂਕਿ ਮੈਂ ਸਰਬ ਸਾਂਝਾ ਹਾਂ। ਜਦੋਂ ਸਪੀਕਰ ਜਾਂ ਡਿਪਟੀ ਸਪੀਕਰ ਦਾ ਕੋਈ ਜਾਂਦਾ ਤਾਂ ਸਾਰੀਆਂ ਪਾਰਟੀਆਂ ਦੇ ਸਾਂਝੇ ਹੋ ਜਾਂਦੇ ਨੇ, ਔਰ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਭਾਰਤ ਦੇ ਸੰਵਿਧਾਨ ਦੇ ਤਹਿਤ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਰਿਹਾਈ ਮਿਲਣੀ ਚਾਹੀਦੀ ਹੈ। ਹਾਂ, ਮੈਂ ਬਿਲਕੁਲ ਪੰਜਾਬ ਦੇ ਪਾਣੀ ਪੰਜਾਬ ਦੇ ਆ, ਔਰ ਇਹਦੇ ਬਾਰੇ ਮੈਂ ਸਰਕਾਰ ਨਾਲ ਗੱਲ ਕਰਾਂਗਾ। ਮੈਂ ਪਹਿਲਾਂ ਤਾਂ ਜਿਹੜੇ ਕਰੋਨਾ ਤੋਂ ਬਚਣ ਦੇ ਲਈ ਜੋ ਡਾਕਟਰਾਂ ਦੀਆਂ ਹਦਾਇਤਾਂ ਨੇ ਸਾਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਔਰ ਮੈਂ ਅੱਜ ਸ਼ਾਮ ਨੂੰ ਸਿਹਤ ਮੰਤਰੀ ਦੇ ਨਾਲ ਗੱਲਬਾਤ ਵੀ ਕਰ ਰਿਹਾ ਕਿ ਇਹਦੇ ਨਾਲ ਨਜਿੱਠਣ ਦੇ ਲਈ। ਵੈਸੇ ਬਜਟ ਸੈਸ਼ਨ ਜਦੋਂ ਆਇਆ ਉਹਦੇ ਵਿੱਚ ਸਪੈਸ਼ਲ ਫੰਡ ਵੀ ਰੱਖੇ ਗਏ ਆ ਕਿ ਕੁਦਰਤੀ ਆਫਤਾਂ ਜਿਹੜੀਆਂ ਨੇ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਅਣਸੁਖਾਵੀਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੇ ਨਾਲ ਕਿੱਦਾਂ ਨਜਿੱਠਣਾ, ਤਾਂ ਜੋ ਪਹਿਲਾਂ ਜਿਵੇਂ ਲੋਕਡਾਊਨ ਹੋਇਆ ਉਹਦੇ ਨਾਲ ਪੂਰੀ ਅਰਥ ਵਿਵਸਥਾ ਨੂੰ ਬਹੁਤ ਵੱਡਾ ਢਾਹ ਲੱਗੀ ਹੈ, ਮੁੜ ਇਹੋ ਜਿਹਾ ਨਾ ਹੋਵੇ, ਸਾਡੇ ਪੰਜਾਬ ਦੀ ਜਿਹੜੀ ਤਰੱਕੀ ਹੈ ਉਹਦੇ ਵਿੱਚ ਕੋਈ ਰੁਕਾਵਟ ਨਾ ਆਵੇ। ਸਰਕਾਰ ਨੇ ਇਹਦੇ ਬਾਰੇ ਬਜਟ ਵੀ ਰੱਖਿਆ ਔਰ ਇਹਦੇ ਬਾਰੇ ਮੈਂ ਗੱਲ ਵੀ ਕਰਾਂਗਾ। ਔਰ 75ਵਾਂ ਆਜ਼ਾਦੀ ਦਾ ਦਿਵਸ ਹੈ, ਇਹ ਤੋਂ ਸ਼ੁਰੂਆਤ ਕਰ ਰਹੇ ਹਾਂ 75ਾਂ ਦੀ, ਔਰ ਜਲਦ ਹੀ ਆ ਸਰਕਾਰ ਮੈਂ ਸਮਝਾ ਕੇ ਤਿਆਰ ਕਰਕੇ ਦੇਵੇਗੀ ਪੰਜਾਬ ਦੇ ਵਿੱਚ। ਮੈਂ ਮਾਨ ਸਰਕਾਰ ਦਾ ਜਿਹੜਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਆਉਂਦੇ ਸਾਰ ਜਿਹੜੇ ਆ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ, ਮੁਲਾਜ਼ਮਾਂ ਨੂੰ ਪੱਕੇ ਕਲ ਕਰਨ ਦੀ ਕੀਤੀ ਹੈ, ਔਰ ਬਾਕੀ ਜਿਹੜਾ ਉਹਨਾਂ ਦੀ ਪਾਰਟੀ ਦਾ ਜੋ ਮੈਨੀਫੈਸਟੋ ਸੀਗਾ ਉਹਨੂੰ ਜਿਹੜਾ ਉਹਨਾਂ ਨੇ ਇਨ ਵਿਨ ਲਾਗੂ ਕਰਨ ਦੀ ਸ਼ੁਰੂਆਤ ਕਰ ਦਿੱਤੀ ਆ। ਪਹਿਲੀਆਂ ਸਰਕਾਰਾਂ 'ਚ ਆਪਾਂ ਦੇਖਿਆ ਕਿ ਜਦੋਂ ਅਖੀਰ ਦੇ ਵਿੱਚ ਜਦੋਂ ਸਰਕਾਰ ਖਤਮ ਹੋਣ ਦੇ ਲਾਗੇ ਹੁੰਦੀ ਸੀ ਉਦੋਂ ਸਰਕਾਰਾਂ ਕੁਝ ਨਾ ਕੋਈ ਲੋਕ ਲੁਭਾਊ ਜਿਹੜੇ ਆ ਉਹ ਫੈਸਲੇ ਲੈ ਲੈਂਦੀਆਂ ਸੀ ਪਰ ਸਿਰੇ ਨਹੀਂ ਚੜ੍ਹਦੇ ਸੀ, ਔਰ ਮੈਂ ਦੇਖਿਆ ਸਾਡੇ ਸਾਰੇ ਮੰਤਰੀ ਸਾਹਿਬਾਨ ਔਰ ਪੰਜਾਬ ਦੇ ਵਿੱਚ ਜਿੰਨੇ ਵੀ MLA ਸਾਹਿਬ ਚੁਣੇ ਗਏ ਨੇ ਔਰ ਖਾਸ ਕਰਕੇ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਪੰਜਾਬ ਦੀ ਬਾਗਡੋਰ ਪੰਜਾਬ ਦੇ ਲੋਕਾਂ ਨੇ ਦਿੱਤੀ ਹੈ, ਉਹ ਪੂਰੀ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੇਵਾ ਕਾਰਜ ਲੱਗੇ ਹੋਏ ਨੇ।